विवादित प्रचारक रणजीत सिंह ढड्डरियांवाला ने पंजाब के वख-वख कोनों विच स्टेजां लगा के दीवान ना लगाउण दे कारणां दा खुलासा कर दिता सी। इस दे नाल ही अमरीक सिंह अजनाला नूं चैलेंज कीता सी कि उह चैनल ते आ के उहनां नाल बहस करन नूं तैयार हन। ਤੇ ਅਮਰੀਕ ਸਿੰਘ ਨੂੰ ਮੈਂ ਚੈਲੰਜ ਕਰਦਾ ਵੀ ਜਗ੍ਹਾ ਤੇਰੀ ਥਾਂ ਤੇਰੀ ਤੱਕਿਆ ਹੀ ਹੈ ਤੇ ਬਹਿ ਕੇ ਮੇਰੇ ਨਾਲ ਚੈਨਲ 'ਤੇ ਗੱਲ ਕਰਿਓ, ਬੱਚਾ ਬੱਚਾ ਸੁਣ ਲਏਗਾ, ਸਦਾ ਲਈ ਰਿਕਾਰਡਿੰਗਾਂ ਪਈਆਂ ਰਹਿਣਗੀਆਂ ਵੀ ਹੋਈ ਸੀ ਗੱਲ। ਢੱਡਰੀਆਂਵਾਲੇ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਸਿੱਖ ਧਰਮ ਦੇ ਪ੍ਰਚਾਰ ਲਈ ਉਹ ਜਿੱਥੇ ਵੀ ਧਾਰਮਿਕ ਦੀਵਾਨ ਲਗਾਉਂਦੇ ਹਨ ਉੱਥੇ ਹੀ ਅਮਰੀਕ ਸਿੰਘ ਅਜਨਾਲਾ ਤੇ ਹੋਰ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਖੂਨ ਖਰਾਬਾ ਅਤੇ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਢੱਡਰੀਆਂਵਾਲੇ ਨੇ ਕਿਹਾ ਹੈ ਕਿ ਉਸਨੂੰ ਆਪਣੀ ਜਾਨ ਦਾ ਡਰ ਨਹੀਂ ਪਰ ਧਾਰਮਿਕ ਦੀਵਾਨਾਂ ਦੌਰਾਨ ਜੇਕਰ ਕਿਤੇ ਟਕਰਾਅ ਹੋ ਗਿਆ ਜਿਸ ਨਾਲ ਕਈ ਕੀਮਤੀ ਜਾਨਾਂ ਜਾ ਸਕਦੀਆਂ ਹਨ, ਇਸ ਦੇ ਬਚਾਅ ਲਈ ਉਹ ਫਿਲਹਾਲ ਧਾਰਮਿਕ ਦੀਵਾਨ ਨਾ ਲਗਾਉਣ ਦਾ ਫੈਸਲਾ ਕਰ ਰਹੇ ਹਨ। ਦੱਸ ਦਈਏ ਕਿ ਢੱਡਰੀਆਂਵਾਲੇ ਦੇ ਕੀਤੇ ਹੋਏ ਇਸ ਚੈਲੰਜ ਨੂੰ ਅਜਨਾਲਾ ਨੇ ਵੀ ਕਬੂਲ ਕਰ ਲਿਆ ਹੈ। ਅਮਰੀਕ ਸਿੰਘ ਅਜਨਾਲਾ ਨੇ ਢੱਡਰੀਆਂਵਾਲੇ ਨੂੰ ਕਿਹਾ ਹੈ ਕਿ ਉਹ ਜਿੱਥੇ ਕਹਿਣ ਅਸੀਂ ਆਉਣ ਲਈ ਤਿਆਰ ਹਾਂ, ਪਰ ਜੋ ਵੀ ਸਵਾਲ ਜਵਾਬ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅਤੇ ਸੰਗਤ ਦੇ ਸਾਹਮਣੇ ਹੋਣਗੇ। ਵੀ ਤੇਰੇ ਤਰੀਕ ਵੀ ਤੇਰੀ ਤੇ ਜਗ੍ਹਾ ਵੀ ਤੇਰੀ, ਜਿਹੜੀ ਜਗ੍ਹਾ ਤੈਨੂੰ ਚੰਗੀ ਲੱਗੇ, ਜਿਹੜਾ ਸਮਾਂ ਤੈਨੂੰ ਚੰਗਾ ਲੱਗੇ, ਜਿਹੜੀ ਤਰੀਕ ਤੈਨੂੰ ਚੰਗੀ ਲੱਗੇ, ਉਹ ਤਰੀਕ ਮਿਹਨਤ ਕਰਕੇ ਤੂੰ ਸਾਨੂੰ ਦੱਸ ਦੇਵੀਂ, ਅਸੀਂ ਤੇਰੇ ਨਾਲ ਬੈਠ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਸੰਗਤ ਦੇ ਸਾਹਮਣੇ ਬੈਠ ਕਰਕੇ ਵਿਚਾਰ ਚਰਚਾ ਕਰਨ ਨੂੰ ਤਿਆਰ ਹਾਂ। ਇਹ ਤੇਰਾ ਚੈਲੰਜ ਸਾਨੂੰ ਸਿਰ ਮੱਥੇ 'ਤੇ ਪ੍ਰਵਾਨ ਹੈ। ਤਾਂ ਦੱਸ ਦਈਏ ਕਿ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇਸ ਲਈ ਸਿਰਫ ਅਮਰੀਕ ਸਿੰਘ ਅਜਨਾਲਾ ਹੀ ਨਹੀਂ ਸਗੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਟੀਵੀ 'ਤੇ ਆ ਕੇ ਸੰਵਾਦ ਕਰਨ ਦੇ ਲਈ ਚੁਣੌਤੀ ਦਿੱਤੀ ਸੀ। ਜਥੇਦਾਰ ਜੀ ਨੂੰ ਮੇਰੀ ਬੇਨਤੀ ਹੈ ਸੰਵਾਦ ਕਰਨ ਲਈ, ਜੇ ਤੁਸੀਂ ਕਹਿੰਦੇ ਹੈ ਵੀ ਮੇਰੇ ਸਵਾਲ ਬੇਬੁਨਿਆਦ ਨੇ ਤੇ ਤੁਸੀਂ ਚੈਨਲ ਤੇ ਆ ਜਾਓ, ਆਪਾਂ ਗੱਲ ਕਰਾਂਗੇ। 40 ਮਿੰਟ ਤੁਹਾਡੇ ਮੇਰੇ ਤੋਂ ਪੁੱਛ ਲਿਓ ਮੇਰੇ ਤੇ ਕੀ ਓਬਜੈਕਸ਼ਨ ਹੈ ਤੁਹਾਨੂੰ, ਤੇ 20 ਮਿੰਟ ਤੁਸੀਂ ਮੈਨੂੰ ਦੇ ਦਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਬਾਅਦ ਤੁਸੀਂ ਕਹਿਣਾ ਔਕਾਤ ਨਹੀਂ ਜੀ ਇਹੋ ਜਿਹੇ ਬੰਦਿਆਂ ਦੀ, ਲੋਕਾਂ ਨੇ ਬੋਲਣਾ ਹੈ, ਪਰ ਮੇਰੀ ਬੇਨਤੀ ਹੈ ਜੀ ਮੈਂ ਤਾਂ ਕਹਿੰਦਾ ਸੰਵਾਦ ਪਤਾ 'ਤੇ ਲੱਗੇ। ਤੁਸੀਂ ਮੈਨੂੰ ਜਗ੍ਹਾ ਜਗ੍ਹਾ ਬਦਨਾਮ ਕਰਦੇ ਆ, ਵਿਚਾਰ ਨਹੀਂ ਕਰਦਾ। ਮੈਂ ਕਹਿ ਰਿਹਾ ਸਿਸਟਮ ਕਰਪਟ ਹੈ, ਮੈਂ ਤਾਂ ਵਿਚਾਰ ਨਹੀਂ ਕਰਦਾ। ਜਿਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂਵਾਲਾ ਨਕਲੀ ਨਿਰੰਕਾਰੀਆਂ ਵਾਲੇ ਰਸਤੇ ਵੱਲ ਵੱਧ ਰਿਹਾ ਹੈ, ਇਸ ਪਿੱਛੇ ਕੁਝ ਤਾਕਤਾਂ ਹੋਣ ਦਾ ਖਦਸ਼ਾ ਹੈ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਜਥੇਦਾਰ ਟੀਵੀ ਉੱਤੇ ਬਹਿਸ ਨਹੀਂ ਕਰਦੇ। ਜਥੇਦਾਰ ਨੇ ਢੱਡਰੀਆਂਵਾਲੇ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੂੰ ਧਾਰਮਿਕ ਸਮਾਗਮ ਬੰਦ ਕਰਨ ਦੀ ਥਾਂ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਦੀ 5 ਮੈਂਬਰੀ ਕਮੇਟੀ ਦੇ ਨਾਲ ਗੱਲਬਾਤ ਕਰਨ ਤੋਂ ਕੋਈ ਹਿਚਕਚਾਹਟ ਹੈ? ਸ਼੍ਰੀ ਅਕਾਲ ਤਖਤ ਸਾਹਿਬ ਦੀ 5 ਮੈਂਬਰੀ ਕਮੇਟੀ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਛੋਟਾ ਹੁੰਦਾ ਅਤੇ ਫਿਰ ਜਿਹੜੇ ਵੀਰ ਬੈਠੇ ਨੇ ਉੱਥੇ ਵਿਰੋਧ ਕਰ ਰਹੇ ਹੈ ਅਤੇ ਉਹਨਾਂ ਦੇ ਵਿੱਚੋਂ 5 ਸਿੰਘ ਜਿਹੜੇ ਆ ਬੁਲਾ ਲੈਣ ਆਪਣੇ ਕੋਲ, ਉਹਨਾਂ ਨਾਲ ਵਿਚਾਰ ਕਰ ਲੈਣ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜੇ ਬੈਠਣ ਦੇ ਨਾਲ ਮਾਣ ਘੱਟਦਾ, ਸਾਨੂੰ ਲੱਗਦਾ ਕਿ ਸਾਡਾ ਸਤਿਕਾਰ ਘੱਟਦਾ, ਅਤੇ ਫਿਰ ਉਹਨਾਂ 'ਚੋਂ 5 ਸਿੰਘ ਜਿਹੜੇ ਆ ਬੁਲਾ ਲੈਣ ਅਤੇ ਉਹਨਾਂ ਨੂੰ ਪੁੱਛ ਲੈਣ ਕਿ ਦੱਸੋ ਭਾਈ ਤੁਹਾਨੂੰ ਕੀ ਤਕਲੀਫ ਹੈ ਮੇਰੇ ਪ੍ਰਚਾਰ ਤੋਂ, ਤੁਹਾਡੇ ਕੀ ਸਵਾਲ ਹੈ, ਮੈਂ ਜਵਾਬ ਦਿੰਦਾ ਅਤੇ ਗੱਲ ਖਤਮ ਹੋ ਜਾਏਗੀ ਅਤੇ ਬੈਠਣਾ ਚਾਹੀਦਾ ਉਹਨੂੰ। ਉਧਰ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਚੈਲੰਜ ਕਬੂਲ ਕਰਦਿਆਂ ਟੀਵੀ ਉੱਤੇ ਬਹਿਸ ਕਰਨ ਦੇ ਲਈ ਹਾਮੀ ਭਰ ਦਿੱਤੀ ਹੈ। ਆਪਣੀ ਇਸ ਵੀਡੀਓ ਵਿੱਚ ਬਲਜੀਤ ਸਿੰਘ ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂਵਾਲਿਆਂ 'ਤੇ ਕਈ ਤਿੱਖੇ ਕਟਾਕਸ਼ ਕੀਤੇ। ਭਾਈ ਰਣਜੀਤ ਸਿੰਘ, ਤੂੰ ਬਹਿਸ ਦਾ ਸਮਾਂ ਜ਼ਰੂਰ ਰੱਖੀਂ, ਮੈਨੂੰ ਜ਼ਰੂਰ ਦੱਸੀਂ, ਸਮਾਂ ਮਿਲਾ ਕੇ ਆਪਾਂ ਟੀਵੀ ਦੇ ਉੱਤੇ ਬੈਠ ਜਾਵਾਂਗੇ, ਆਪਾਂ ਟੀਵੀ 'ਤੇ ਬੈਠ ਕੇ ਵਿਚਾਰ ਜਿਹੜੀ ਆ ਕਰ ਲਵਾਂਗੇ। ਮੈਂ ਇਹ ਕੰਡੀਸ਼ਨ ਨਹੀਂ ਰੱਖਦਾ ਵੀ ਸੰਗਤ 'ਚ ਬੈਠ ਕੇ ਕਰਾਂਗੇ ਜਾਂ ਮੈਂ ਟੀਵੀ 'ਤੇ ਨਹੀਂ ਆਉਣਾ। ਆਪਾਂ ਆਪਸ 'ਚ ਕਿਸੇ ਟੀਵੀ ਚੈਨਲ ਨਾਲ ਬਣਾ ਲਵਾਂਗੇ ਬੈਠ ਕੇ, ਅਤੇ ਕੋਈ ਰੌਲਾ ਨਹੀਂ, ਕੋਈ ਜਾਤੀ ਵਿਤਕਰਾ ਨਹੀਂ। ਗੁਰੂ ਦੀ ਬਾਣੀ ਦੀ ਗੱਲ, ਗੁਰੂ ਦੇ ਇਤਿਹਾਸ ਦੀ ਗੱਲ, ਤੂੰ ਕਹਿੰਦਾ ਮੈਂ 40 ਮਿੰਟ ਦਊਂਗਾ, ਮੈਂ 40 ਮਿੰਟ ਤੈਨੂੰ ਦੇਊਂਗਾ, 40 ਮਿੰਟ ਤੇਰੇ, ਮੈਨੂੰ 10 ਮਿੰਟ ਹੀ ਦੇ ਦੀ ਭਾਵੇਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।